ਫਿਲਹਾਲ ਅੱਗੇ ਬਦਾਂਗੇ ਗੱਲ ਕਰਾਂਗੇ ਅਮਰਜੀਤ ਸਿੰਘ ਮਹਿਤਾ ਪੀਸੀਏ ਦੇ ਪ੍ਰਧਾਨ ਬਣ ਗਏ ਨੇ ਜੀ ਮੀਡੀਆ ਦੇ ਨਵੇਂ ਪ੍ਰਧਾਨ ਅਮਰਜੀਤ ਸਿੰਘ ਮਹਿਤਾ ਦਾ ਇਹ ਦਾਵਾ ਵੀ ਹੈ ਮੁੱਲਾਪੁਰ ਸਟੇਡੀਅਮ ਜਲਦ ਬਣਾਉਣ ਦਾ ਉਹਨਾਂ ਨੇ ਦਾਵਾ ਕੀਤਾ ਹੈ ਕੁੜੀਆਂ ਦੀ ਟੀਮ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਅਮਰਜੀਤ ਸਿੰਘ ਨੇ ਕਿਹਾ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੀ ਚੋਣਾ ਤੋਂ ਬਾਅਦ ਹੁਣ ਪੰਜਾਬ ਕ੍ਰਿਕਟ ਐਸੋਸੀਏਸ਼ਨ ਨੂੰ ਨਵਾਂ ਪ੍ਰਧਾਨ ਨਵਾਂ ਪ੍ਰੈਜ਼ੀਡੈਂਟ ਜਿਹੜਾ ਕਿ ਮਿਲ ਚੁਕਿਆ ਤੇ ਇਸ ਵਕਤ ਪ੍ਰੈਜ਼ੀਡੈਂਟ ਸਾਹਿਬ ਸਾਡੇ ਨਾਲ ਮੌਜੂਦ ਨੇ ਮਰਜੀਤ ਸਿੰਘ ਮਹਿਤਾ ਜੀ ਮਹਿਤਾ ਸਾਹਿਬ ਸਭ ਤੋਂ ਪਹਿਲਾਂ ਵਧਾਈਆਂ ਤੁਹਾਨੂੰ ਤੇ ਵਧਾਈਆਂ ਦੇ ਨਾਲ-ਨਾਲ ਖੁਸ਼ੀ ਦੀ ਗੱਲ ਤਾਂ ਜ਼ਰੂਰ ਹੈ ਲੇਕਿਨ ਇੱਕ ਵੱਡਾ ਚੈਲੰਜ ਵੀ ਹੈ ਤੁਹਾਡੇ ਸਾਹਮਣੇ ਟਾਈਮਿੰਗ ਬੜੀ ਮੈਂ ਕਹਿੰਦਾ ਕਿ ਕਿਹਾ ਜਾ ਸਕਦਾ ਹੈ ਕਿ ਬੜੀ ਟ੍ਰਿੱਕੀ ਜਿਹੀ ਹੈ ਕਿਉਂਕਿ ਵਰਲਡ ਕੱਪ ਵੀ ਆ ਗਿਆ T20 ਵੀ ਆ ਗਿਆ ਕਿੰਨੇ ਕਿ ਵੱਡਾ ਚੈਲੰਜ ਹੈ ਕਿੰਨੀ ਕਿ ਵੱਡੀ ਜ਼ਿੰਮੇਵਾਰੀ ਹੈ ਸਰ ਇਹ ਤਾਂ ਬਹੁਤ ਖੁਸ਼ੀ ਦੀ ਗੱਲ ਹੈ ਮੇਰੇ ਲਈ ਬਹੁਤ ਇਹ ਦੇਖੋ ਇੱਕ ਚੈਲੰਜ ਹੋਣਾ ਮਤਲਬ ਤਜਰਬੇ ਹੋਣਾ ਔਰ ਮੈਂ ਪੂਰੀ ਜਾਨ ਲਾ ਦੂੰਗਾ ਵੀ ਜਿਹੜਾ ਆਈਪੀਐਲ ਹੈ ਸਾਡਾ 1 April ਨੂੰ ਪਹਿਲਾ ਮੈਚ ਹੈ ਅਸੀਂ ਪੂਰੀ ਜਾਨ ਲਾ ਦਾਂਗੇ ਸਾਡੀ ਟੀਮ ਬਹੁਤ ਵਧੀਆ ਹੈ ਸਾਡੀ ਟੀਮ ਆਫਿਸ ਬੈਰੀਰ ਐਪੈਕਸ ਮੈਂਬਰ ਜਿਹੜੇ ਤੁਸੀਂ ਚੁਣੇ ਗਏ ਨੇ ਬਹੁਤ ਹੀ ਅੱਛੀ ਟੀਮ ਹੈ ਬੜੀ ਅਗਰੈਸਿਵ ਟੀਮ ਹੈ ਔਰ ਸਾਨੂੰ ਮੈਨੂੰ ਪੂਰੀ ਉਮੀਦ ਹੈ ਵੀ ਸਾਡੀ ਪੂਰੀ ਟੀਮ ਮਿਲ ਕੇ ਆਈਪੀਐਲ ਨੂੰ ਇੱਕ ਨਵੀਂ ਪੈਲ ਕਿਉਂਕਿ 3 ਸਾਲ ਬਾਅਦ ਆਈਪੀਐਲ ਆ ਰਿਹਾ ਬਹੁਤ ਵਧੀਆ ਅਰੇਂਜਮੈਂਟ ਹੋਣਗੇ ਬੇਫਿਕਰ ਹੋ ਜਾਓ ਮੈਂ ਤਾਂ ਸਾਹਿਬ ਜੇਕਰ ਗੱਲ ਕਰੀਏ ਤਾਂ ਬੇਸ਼ੱਕ ਮੈਨਸ ਕ੍ਰਿਕਟ ਦੇ ਵਿੱਚ ਤਾਂ ਕਾਫੀ ਆਪਣੇ ਪੰਜਾਬ ਦੇ ਮੁੰਡੇ ਆ ਜੋ ਰਿਪਰੈਜ਼ੈਂਟ ਕਰ ਰਹੇ ਆ ਔਮਨਸ ਕ੍ਰਿਕਟ ਟੀਮ ਦੇ ਵਿੱਚ ਵੀ ਕੁਝ ਹੈ ਕੁੜੀਆਂ ਲੇਕਿਨ ਜ਼ਿਆਦਾ ਮਜ਼ਬੂਤ ਟੀਮ ਨਹੀਂ ਹੈ ਉਸ ਦੇ ਲਈ ਕੀ ਕੁਝ ਹੁਣ ਜਿਹੜਾ ਕੀਤਾ ਜਾ ਰਿਹਾ ਦੇਖੋ ਅਸੀਂ ਅੱਜ ਵੀ ਜਿਹੜੀ ਲੜਕੀ ਨੇ ਅੱਛਾ ਖੇਲੇ ਉਹਨੂੰ 5 ਲੱਖ ਦਾ ਚੈੱਕ ਦਿੱਤਾ ਹੈ ਔਰ ਅਸੀਂ ਬਾਕੀ ਕਾਫੀ ਬੱਚਿਆਂ ਨੂੰ ਜਿਨ੍ਹਾਂ ਨੇ ਕਾਫੀ ਅੱਛਾ ਖੇਲੇ ਆਂ ਅੰਡਰ 19 ਖੇਲੇ ਆ ਅਸੀਂ ਉਹਨਾਂ ਨੂੰ ਕਾਫੀ ਅਵਾਰਡਸ ਅੱਜ ਦਿੱਤੇ ਨੇ ਔਰ ਅਸੀਂ ਮੈਂ ਖੁਦ ਅੱਜ ਅਨਾਉਂਸ ਕੀਤਾ ਹੈ ਵੀ ਮੈਂ ਹਰ ਡਿਸਟ੍ਰਿਕਟ ਜਾ ਕੇ ਡਿਸਟ੍ਰਿਕਟ ਦੀ ਪ੍ਰੋਬਲਮਸ ਨੂੰ ਸੁਣੂੰਗਾ ਔਰ ਉੱਥੇ ਜਾ ਕੇ ਜਿਹੜਾ ਗਰਾਸਰੂਟ ਲੈਵਲ ਤੇ ਜਿਹੜੇ ਖਿਡਾਰੀ ਆ ਜਿਹੜੇ ਆਪਾਂ ਹੁਣ ਤੱਕ ਨਹੀਂ ਕਈ ਵਾਰੀ ਲਾਪੰਦ ਸੀ ਮੈਂ ਇਹ ਨਹੀਂ ਕਹਿੰਦਾ ਕਿ ਪਹਿਲਾਂ ਕਿਸੇ ਨੇ ਇੰਨਾ ਅੱਛਾ ਕੰਮ ਨਹੀਂ ਕੀਤਾ ਸਭ ਨੇ ਕੰਮ ਕੀਤਾ ਨਵੇਂ ਇਨੀਸ਼ੀਏਟਿਵਸ ਆਪਾਂ ਲੈ ਰਹੇ ਆ ਇਸ ਕਰਕੇ ਪਹਿਲਾਂ ਕਦੇ ਅਸੀਂ ਡਿਸਟ੍ਰਿਕਟ ਲੈਵਲ ਤੇ ਨਹੀਂ ਗਏ ਸੀ ਹੁਣ ਅਸੀਂ ਡਿਸਟ੍ਰਿਕਟ ਲੈਵਲ ਤੇ ਜਾ ਕੇ ਅਸੀਂ ਕੋਸ਼ਿਸ਼ ਕਰਾਂਗੇ ਵੀ ਜਿਵੇਂ ਮੈਨਸ ਦੀ ਟੀਮ ਹੈ ਉਸੇ ਤਰ੍ਹਾਂ ਹੀ ਅਸੀਂ ਗਰਲਜ਼ ਦੀ ਟੀਮ ਨੂੰ ਨਾਲ ਲੱਗੇ ਲੈ ਕੇ ਆਈਏ ਔਰ ਉਸ ਨੂੰ ਕਰਨ ਵਾਸਤੇ ਸੀ ਜੋ ਬੈਸਟ ਹੋ ਸਕਦਾ ਅਵਾਰਡ ਵੀ ਵੱਡੇ ਤੋਂ ਵੱਡੇ ਰਕਮ ਨੂੰ ਅਸੀਂ ਤਿਆਰ ਹੈ ਤਾਂ ਕਿ ਬੱਚਿਆਂ ਨੂੰ ਉਤਸ਼ਾਹ ਮਿਲੇ ਗਰਲਸ ਨੂੰ ਹੋਰ ਉਤਸ਼ਾਹ ਮਿਲੇ ਔਰ ਗਰਲਸ ਦੀ ਟੀਮ ਵੀ ਇੱਕ ਨਵੀਂ ਟੀਮ ਪੰਜਾਬ ਦੀ ਜੋ ਨਾਮ ਰੋਸ਼ਨ ਕਰੇਗੀ ਮੈਂ ਪੂਰੀ ਉਮੀਦ ਕਰਦਾ ਮੇਰੇ ਟੈਨਰਚ ਕਰੇਗੀ ਇਸ ਦੇ ਤहत ਮਤਲਬ ਜਿਹੜੇ 90 ਟੈਲੈਂਟਸ ਹੈ ਉਹਨਾਂ ਨੂੰ ਵੀ ਜਿਹੜਾ ਕਿ ਸਰਚ ਕੀਤਾ ਜਾਊਗਾ ਪਿੰਡਾਂ ਦੇ ਵਿੱਚ ਜਾ ਕੇ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਬਿਲਕੁਲ ਜਦੋਂ ਮੈਂ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਮੀਟਿੰਗਸ ਕਰੂੰਗਾ ਪ੍ਰੋਬਲਮਸ ਸੁਣੂੰਗਾ ਤੇ ਉਹਨਾਂ ਨੂੰ ਇਹ ਵੀ ਦੱਸਿਆ ਜਾਊਗਾ ਵੀ ਤੁਸੀਂ ਕੋਸ਼ਿਸ਼ ਕਰੋ ਔਰ ਤੁਸੀਂ ਸਿਲੈਕਸ਼ਨ ਕਮੇਟੀਆਂ ਬਣਾ ਰਹੇ ਹੈ ਜਿਹੜੀਆਂ ਬਾਰਦਰਸ਼ੀ ਤਰੀਕੇ ਨਾਲ ਜਾ ਕੇ ਪ੍ਰੋਪਰ ਹਰ ਬੱਚੇ ਨੂੰ ਜਿੰਨਾ ਹੋ ਸਕਦਾ ਦੇਖੋ ਜੋ ਬੈਸਟ ਹੋ ਸਕਦਾ ਅਸੀਂ ਕਰਾਂਗੇ ਔਰ ਅਸੀਂ ਗਰਾਸਰੂਟ ਲੈਵਲ ਤੇ ਜਾ ਕੇ ਪਿੰਡ ਪਿੰਡ ਜਾ ਕੇ ਸ਼ਹਿਰ ਸ਼ਹਿਰ ਜਾ ਕੇ ਅਸੀਂ ਲੱਭਾਂਗੇ ਜੇ ਸਾਨੂੰ ਅੱਛੇ ਖਿਡਾਰੀ ਮਿਲਦੇ ਅਸੀਂ ਉਹਨਾਂ ਨੂੰ ਅੱਗੇ ਲੈ ਕੇ ਆਵਾਂਗੇ ਮੈਂ ਤਾਂ ਸਾਬ ਬੇਸ਼ੱਕ ਇੱਕ ਵੱਡਾ ਜਿਹੜਾ ਕਿ ਵੱਡਾ ਸਿਆਸਨ ਤੁਹਾਨੂੰ ਮਿਲਿਆ ਵੱਡੀ ਕੁਰਸੀ ਮਿਲੀ ਹੈ ਇਹ ਕੰਡਿਆਂ ਦਾ ਤਾਜ ਵੀ ਹੈ ਇਸ ਦੇ ਉੱਪਰ ਜ਼ਿੰਮੇਵਾਰੀਆਂ ਵੀ ਬਹੁਤ ਆ ਤੇ ਨਾਲ ਦੇ ਨਾਲ ਜੇਕਰ ਆਪਾਂ ਪਿਛਲੇ ਟਨ ਯੋਰ ਦੀ ਗੱਲ ਕਰਦੇ ਆ ਤਾਂ ਪਿਛਲੇ ਜਿਹੜੇ ਪ੍ਰੈਜ਼ੀਡੈਂਟ ਸਾਹਿਬ ਸੀਗੇ ਉਹਨਾਂ ਦੇ ਉੱਪਰ ਕੁਝ ਅਲਿਗੇਸ਼ਨ ਵੀ ਲੱਗੇ ਸੀਗੇ ਇਨ ਸਭ ਚੀਜ਼ਾਂ ਤੋਂ ਬਚੇ ਰਹਿਣਾ ਆਪਣੀ ਜ਼ਿੰਮੇਵਾਰੀਆਂ ਫਾਲੋ ਕਰਨਾ ਕੀ ਕਿਸੇ ਇਸ ਤਰੀਕੇ ਦੇ ਨਾਲ ਪੀਸੀਏ ਨੂੰ ਅੱਗੇ ਲੈ ਕੇ ਜਾਣਾ ਇਹ ਸਾਰੀ ਚੀਜ਼ਾਂ ਕਿਵੇਂ ਮੈਨੇਜ ਕਰੋਗੇ ਸਰ ਦੇਖੋ ਹਰ ਬੰਦੇ ਦਾ ਨਾ ਆਪਣਾ ਇੱਕ ਕੰਮ ਕਰਨ ਦਾ ਤਰੀਕਾ ਹੁੰਦਾ ਹੈ ਮੇਰਾ ਤਰੀਕਾ ਇਹ ਆ ਵੀ ਮੈਂ ਨੂੰ ਸਾਫ਼ ਸੁਥਰੇ ਤਰੀਕੇ ਨਾਲ ਲੈ ਕੇ ਜਾਵਾਂ ਮੈਂ ਰੱਬ ਤੇ ਵਿਸ਼ਵਾਸ ਕਰਨ ਵਾਲਾ ਬੰਦਾ ਹਾਂ ਔਰ ਮੈਂ ਜਿੰਨਾ ਹੋ ਸਕਦਾ ਸਭ ਨੂੰ ਮਿਲ ਜੁਕੇ ਮੇਰੇ ਕੰਮ ਕਰਨ ਦਾ ਤਰੀਕਾ ਸਾਡੇ ਇੱਥੇ ਕੋਈ ਗਰੁੱਪイズਮ ਨਹੀਂ ਹੈ ਸਾਡੇ ਸਾਰੇ ਜੋ ਵੀ ਪੀਸੀ ਦਾ ਮੈਂਬਰ ਹੈ ਜੋ ਵੀ ਪੀਸੀ ਨਾਲ ਜੁੜਿਆ ਹੋਇਆ ਹੈ ਕਿਸੇ ਵੀ ਤਰੀਕੇ ਨਾਲ ਜੁੜਿਆ ਹੋਇਆ ਹੈ ਮੈਂ ਉਹਨੂੰ ਨਾਲ ਲੈ ਕੇ ਚੱਲਣਾ ਔਰ ਜੇ ਮੇਰੇ ਤੋਂ ਕੋਈ ਗਲਤੀ ਹੋ ਵੀ ਜਾਂਦੀ ਹੈ ਬਾਈ ਚਾਂਸ ਅਸੀਂ ਨਾਲ ਦੀ ਨਾਲ ਉਹਨੂੰ ਸੁਧਾਰਨ ਦੀ ਕੋਸ਼ਿਸ਼ ਕਰਾਂਗੇ ਪਹਿਲੀ ਗੱਲ ਤਾਂ ਅਸੀਂ ਗਲਤੀ ਹੋਣ ਨਹੀਂ ਦਵਾਂਗੇ ਜੇ ਬਾਈ ਚਾਂਸ ਹੋ ਜਾਂਦੀ ਹੈ ਤੇ ਅਸੀਂ ਇਹ ਜਿਹੜੇ ਚੈਲੰਜਸ ਹੈ ਇਹੀ ਤੁਹਾਨੂੰ ਅੱਗੇ ਸਿੱਖਣ ਦਾ ਮੌਕਾ ਵੀ ਦਿੰਦੇ ਆ ਤੇ ਜੇ ਚੈਲੰਜੇਸ ਨਾ ਹੋਣਗੇ ਤਾਂ ਫਿਰ ਤੁਹਾਨੂੰ ਸਿੱਖਣ ਨੂੰ ਮਿਲਦਾ ਵੀ ਕੁਝ ਨਹੀਂ ਹੈ ਤੇ ਮੈਂ ਉਮੀਦ ਕਰਦਾ ਮੈਨੂੰ ਆਪਦੇ ਰੱਬ ਤੇ ਵਿਸ਼ਵਾਸ ਹੈ ਵੀ ਮੈਂ ਆਪਦੇ ਟੈਨਰ ਦੇ ਵਿੱਚ ਜੋ ਬੈਸਟ ਹੋ ਸਕਦਾ ਹੈ ਚਾਹੇ ਤੋ ਨਮਸਟੇਡੀਅਮ ਹੋਵੇ ਚਾਹੇ ਆਈਪੀਐਲ ਹੋਵੇ ਚਾਹੇ ਦਨ ਤੁਹਾਡਾ ਪੀਪੀਐਲ ਹੋਵੇ ਦਨ ਵਰਲਡ ਕਪ ਹੋਵੇ ਔਰ ਮੈਂ ਤੋ ਇੱਕ ਹੋਰ ਚੀਜ਼ ਕਹਿਣਾ ਚਾਹੁੰਦਾ ਵੀ ਮੈਂ ਕੋਸ਼ਿਸ਼ ਕਰੂੰਗਾ ਵੀ ਇੱਕ ਨੀ ਪੱਥਰ ਹੋਰ ਪੰਜਾਬ ਨੂੰ ਇੱਕ ਵੱਡਾ ਸਟੇਡੀਅਮ ਇੰਟਰਨੈਸ਼ਨਲ ਲੈਵਲ ਦਾ ਦਿੱਤਾ ਜਾਵੇ ਇਹ ਸਸਤੇ ਵੀ ਮੈਂ ਆਪਦੀ ਟੀਮ ਨੂੰ ਮੈਨੇਜਮੈਂਟ ਨੂੰ ਏਜੰਡਾ ਲੈ ਕੇ ਆਉਂਗਾ ਔਰ ਮੈਨੂੰ 99% ਵਿਸ਼ਵਾਸ ਹੈ ਵੀ ਮੈਂ ਇੱਕ ਸਟੇਡੀਅਮ ਪੰਜਾਬ ਨੂੰ ਹੋਰ ਦੇ ਕੇ ਜਾਊਂਗਾ ਕੈਮਰਾਮੈਨ ਗੁਰਜਨ ਸਿੰਘ ਦੇ ਨਾਲ ਅਨਮੋਲ ਸਿੰਘ ਗੁਲਾਰਟੀ ਜੀ ਮੀਡੀਆ ਮਹਾਲਾ